ਦੇਖੋ ਅੱਜ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈਗੀ। ਰਾਮਨਗਰ ਪਿੰਡ ਹੈਗਾ ਮੌੜ ਥਾਣੇ ਦੇ ਵਿੱਚ, ਜਿਹਦੇ ਵਿੱਚ ਇੱਕ ਸੁਬਾਹ ਜਿਹੜੇ ਗੁਟਕਾ ਸਾਹਿਬ ਹੈਗੇ ਉਹਦੇ ਅੰਗ ਮਿਲੇ ਸੀਗੇ ਗਲੀ ਵਿੱਚ। ਜਦੋਂ ਪੁਲਿਸ ਨੂੰ ਇਤਲਾਹ ਮਿਲੀ, ਇਮੀਡੀਏਟਲੀ ਪੁਲਿਸ ਦੇ ਸਾਰੇ ਆਲਾ ਅਫਸਰਾਂ ਉੱਥੇ ਮੌਕੇ 'ਤੇ ਪਹੁੰਚ ਗਏ ਸੀਗੇ, SSP ਸਾਹਿਬ ਵੀ ਪਹੁੰਚ ਗਏ ਸੀਗੇ ਅਤੇ ਮੈਂ ਵੀ ਉੱਥੇ ਮੌਕੇ 'ਤੇ ਚਲਾ ਗਿਆ ਸੀਗਾ। ਜਿਹੜੀ ਇਨਵੈਸਟੀਗੇਸ਼ਨ ਹੋਈ ਹੈ, ਜਦੋਂ ਤੱਕ ਦੁਪਹਿਰ ਤੱਕ ਆਪਾਂ ਸਾਡੀ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਕਰਨ ਤੋਂ ਬਾਅਦ ਜਿਨ੍ਹਾਂ ਦੇ ਘਰ 'ਚ ਦੇ ਬਾਹਰ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ, ਉਹਨਾਂ ਦੀ ਵੀ ਆਪਾਂ ਇੰਟਰੋਗੇਸ਼ਨ ਕੀਤੀ, ਪੁੱਛਤਾਛ ਕੀਤੀ ਅਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਸੁਖਦੇਵ ਸਿੰਘ ਹੈਗਾ ਜਿਹਦੇ ਘਰ ਦੇ ਬਾਹਰ ਇਹ ਗੁਟਕਾ ਸਾਹਿਬ ਦੇ ਅੰਗ ਮਿਲੇ ਸੀਗੇ, ਉਹਦੀ ਇੱਕ ਦੋਤੀ ਹੈਗੀ, ਦੋ ਦੋਤੀਆਂ ਹੈਗੀਆਂ, ਇੱਕ ਦੋਤੀ 14 ਸਾਲ ਦੀ ਹੈਗੀ, ਉਹ ਮੈਂਟਲੀ ਰਿਟਾਰਡਡ ਦੱਸੀ ਜਾਂਦੀ ਹੈਗੀ। ਉਹਨੇ ਸੁਬਾਹ ਜਦੋਂ ਸੁਖਦੇਵ ਸਿੰਘ ਗੁਰਦੁਆਰੇ ਚਲਾ ਗਿਆ ਸੀਗਾ ਅਤੇ ਉਹ ਗੁਟਕਾ ਸਾਹਿਬ ਉੱਪਰ ਪਿਆ ਸੀਗਾ ਅਤੇ ਉਹਦੇ ਅੰਗ ਭੰਗ ਕਰਕੇ ਗਲੀ 'ਚ ਸੁੱਟ ਦਿੱਤੇ ਸੀਗੇ। ਅਤੇ ਜਦੋਂ ਇਹ ਗੱਲ ਹੋਈ, ਉਹਦੀ ਨੂੰਹ ਨੇ ਜਿਹਦਾ ਨਾਮ ਬਬਲੀ ਹੈਗਾ, ਉਹਨੇ ਜਦੋਂ ਇਹਨੂੰ ਦੇਖਿਆ ਅਤੇ ਉਹ ਜਿਹੜੇ ਗੁਰਦੁਆਰਾ ਸਾਹਿਬ ਜਿਹੜੇ ਗੁਟਕਾ ਸਾਹਿਬ ਸੀਗਾ ਬਚਿਆ ਹੋਇਆ ਉਹਦਾ ਉਹਨੂੰ ਚੂਲੇ 'ਚ ਜਲਾ ਦਿੱਤਾ ਅਤੇ ਉਹਨਾਂ ਦੇ ਮੁਤਾਬਿਕ ਉਹਨਾਂ ਨੇ ਸੰਸਕਾਰ ਕਰ ਦਿੱਤਾ ਇਹਦਾ। ਜਦਕਿ ਫਿਰ ਪੁਲਿਸ ਨੇ ਉਹ ਜਿਹੜਾ ਚੂਲਾ ਸੀਗਾ ਉਹਦੀ ਵੀ ਪੜਤਾਲ ਕੀਤੀ, ਦੇਖਿਆ ਅਤੇ ਉਹਦੇ ਵਿੱਚੋਂ ਉਹ ਗੁਟਕਾ ਸਾਹਿਬ ਦੇ ਜਲੇ ਹੋਏ ਅੰਗ ਜਿਹੜੇ ਸੀਗੇ ਉਹਦੇ ਰੈਮੀਨੈਂਟਸ ਮਿਲ ਗਏ ਸਾਨੂੰ। ਅਤੇ ਆਪਾਂ ਆਹ ਜਿਹੜਾ ਸੀਗਾ ਤੁਸੀਂ ਦੇਖ ਸਕਦੇ ਹੈਗੇ ਕਿ ਜਿਹੜੇ ਗੁਟਕਾ ਸਾਹਿਬ ਦੇ ਜਲੇ ਹੋਏ ਹਨ ਜਿਹੜੇ ਬਰਾਮਦ ਹੋਏ ਨੇ। ਅਤੇ ਇਸ ਮਾਮਲੇ 'ਚ ਪੁਲਿਸ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ। ਜਿਹੜੇ ਜਿਹੜੇ ਬੰਦੇ ਜਿਨ੍ਹਾਂ ਦੇ ਖਿਲਾਫ਼ ਜੋ ਬਣਦੀ ਕਾਰਵਾਈ ਹੋਊਗੀ ਇਹਦੇ ਵਿੱਚ ਪੁਲਿਸ ਅਮਲ ਵਿੱਚ ਲੈ ਕੇ ਆਊਗੀ, ਉਹਨਾਂ ਦੀ ਇੰਟਰੋਗੇਸ਼ਨ ਜਾਰੀ ਹੈ। ਅਤੇ ਨਾਲੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਇਸ ਤਰ੍ਹਾਂ ਦੀ ਘਟਨਾਵਾਂ ਹੈਗੀਆਂ ਉਹਦੇ ਵਿੱਚ ਸਮਾਜ ਵੱਲੋਂ ਦਰਸਾਇਆ ਗਿਆ ਪੇਸ਼ੈਂਸ ਅਤੇ ਸਬਰ ਅਤੇ ਜਿਹੜੀ ਸ਼ਾਂਤੀ ਕਾਇਮ ਰੱਖਣ ਦੇ ਜਿਹੜੇ ਉਪਰਾਲੇ ਨੇ ਉਹ ਹਮੇਸ਼ਾ ਆਉਣ ਵਾਲੇ ਦਿਨਾਂ 'ਚ ਸਾਡੇ ਲਈ ਅਤੇ ਸਮਾਜ ਲਈ ਚੰਗੇ ਰਹਿੰਦੇ ਨੇ। ਇਹਦੇ ਵਿੱਚ ਵੀ ਮੈਂ ਉਮੀਦ ਕਰਦਾ ਕਿ ਜਦੋਂ ਇੱਦਾਂ ਦੀ ਘਟਨਾਵਾਂ ਹੋ ਰਹੀਆਂ ਹੋਣ ਉਹਦੇ ਮੰਤਵ ਸਾਨੂੰ ਪਤਾ ਨਹੀਂ ਰਹਿੰਦੇ ਹੈਗੇ, ਪਰ ਜਦੋਂ ਤੱਕ ਪੁਲਿਸ ਇਨਵੈਸਟੀਗੇਸ਼ਨ ਨਾ ਕਰ ਲਏ ਉਸ ਵੇਲੇ ਤੱਕ ਸਾਨੂੰ ਸ਼ਾਂਤੀ ਬਣਾਉਣੀ ਚਾਹੀਦੀ ਹੈਗੀ ਤਾਂ ਕਿ ਆਪਾਂ ਕਿਸੇ ਬਿਹਤਰ ਨਤੀਜੇ 'ਤੇ ਪਹੁੰਚ ਸਕੀਏ। ਆਹ ਜਿਹੜਾ ਕੇਸ ਵੀ ਸੀਗਾ ਇਹਦੀ ਮਿਸਾਲ ਹੈ। ਮੈਂ ਲੋਕਾਂ ਦੀ ਵੀ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਇਸ ਮਾਮਲੇ 'ਚ ਸ਼ਾਂਤੀ ਬਣਾਏ ਰੱਖੀ ਅਤੇ ਆਪਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚ ਸਕੇ ਜਿਹੜੇ ਫੈਕਟ ਆਪਾਂ ਤੁਹਾਡੇ ਸਾਹਮਣੇ ਰੱਖੇ। ਸਰ ਇਹ ਕਿਸ ਤਰ੍ਹਾਂ ਮਾਮਲਾ, ਇਹਦੇ ਵਿੱਚ FIR ਹੋ ਗਈ, FIR ਹੋ ਗਈ, ਆਪਾਂ ਉਹਦੀ ਡਿਟੇਲ ਤੁਹਾਨੂੰ ਦੇ ਦਾਂਗੇ। 194 FIR ਨੰਬਰ ਕਿੰਨੇ ਬਣਾਏ ਗਏ? ਦੇਖੋ ਇਹਦੇ ਵਿੱਚ ਥੋੜ੍ਹਾ ਜਿਹਾ ਟ੍ਰਿਕੀ ਜਿਹਾ ਇਸ਼ੂ ਹੈਗਾ, ਜਿਹੜੀ ਬੱਚੀ ਹੈਗੀ ਉਹ ਮੈਂਟਲੀ ਰਿਟਾਰਡਡ ਦੱਸੀ ਜਾਂਦੀ ਹੈਗੀ ਅਤੇ ਨਾਲੇ ਉਹ ਜਵਨਾਈਲ ਵੀ ਹੈ। ਇਸ ਸੂਰਤ ਹਾਲ 'ਚ ਇੱਕ ਆਪਾਂ ਲੀਗਲ ਓਪੀਨੀਅਨ ਵੀ ਲਵਾਂਗੇ, ਜਿਸਦੀ ਬੰਦੀ ਮਤਲਬ ਜੁਰਮ ਹੋਊਗਾ ਉਦੋਂ ਮੁਤਾਬਿਕ ਇਹਦੇ ਵਿੱਚ ਕਾਰਵਾਈ ਅਮਲ ਵਿੱਚ ਲਿਆਈ ਜਾਊਗੀ। ਸਰ ਕੋਈ ਪ੍ਰੋਟੈਕਟਿਵ ਕੇਅਰ ਵੀ ਕੀਤੀ ਜਾ ਰਹੀ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਸਮਾਜ ਵਿੱਚ ਨਾ ਵਾਪਰਨ? ਸਰ ਦੇਖੋ ਇਹ ਤਾਂ ਜਿਹੜੀ ਸਮਾਜ ਦੀ ਜਾਗਰੂਕਤਾ ਹੈਗੀ ਇਹਦੇ 'ਚ ਡਿਪੈਂਡ ਕਰਦਾ ਹੈਗਾ। ਇਹਦੇ ਵਿੱਚ ਜੇ ਅਗਰ ਮੈਂ ਬੱਚੀ ਦੀ ਜਿਹੜੀ ਇਹ ਗੱਲ ਹੈਗੀ, ਹੁਣ ਇਹਦੇ 'ਤੇ ਤਾਂ ਕਿਸੇ ਦਾ ਕੋਈ ਇਲਜ਼ਾਮ ਵੀ ਨਹੀਂ ਅਤੇ ਕੋਈ ਪ੍ਰਿਵੈਂਟਿਵ ਆਪਾਂ ਕੀ ਕਰ ਸਕਦੇ ਹੈਗੇ ਬੱਚਿਆਂ ਵੱਲੋਂ ਕੀਤੇ ਗਏ ਜਿਹੜੇ ਐਕਟ ਨੇ, ਜਾਂ ਜਿਹੜਾ ਮੈਂਟਲੀ ਰਿਟਾਰਡਡ ਕੋਈ ਵਿਅਕਤੀ ਨੂੰ ਕੋਈ ਕੰਮ ਕਰ ਰਿਹਾ ਹੋਵੇ ਉਹਦੇ 'ਚ ਤਾਂ ਕੋਈ ਪ੍ਰਿਵੈਂਟਿਵ ਗੱਲ ਨਹੀਂ ਹੋ ਸਕਦੀ, ਪਰ ਸਮਾਜ ਆਪਣੇ ਆਪ ਹੀ ਜਾਗਰੂਕ ਹੈਗਾ। ਇੱਦਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਉਹਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਗਏ ਨੇ
ਜਿੰਨੇ ਗੁਰਦੁਆਰੇ ਜਿੰਨੇ ਵੀ ਧਾਰਮਿਕ ਅਸਥਾਨ ਹੈ ਉਹਦੇ ਵਿੱਚ ਸੀ ਸੀ ਟੀ ਵੀ ਕੈਮਰੇ ਲਵਾਏ ਗਏ ਨੇ, ਆਪਾਂ ਉੱਥੇ ਵੀ ਕੈਮਰੇ ਲਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਵਿਲੇਜਸ ਵੱਡੇ ਨੇ, ਤਾਂ ਕਿ ਜੇ ਅਗਰ ਕੋਈ ਇਸ ਤਰ੍ਹਾਂ ਦੀ ਘਟਨਾਵਾਂ ਕਰਦਾ ਹੋਵੇ ਤਾਂ ਉਹਨੂੰ ਆਈਡੈਂਟੀਫਾਈ ਕੀਤਾ ਜਾ ਸਕਦਾ ਹੋਵੇ ਅਤੇ ਪੁਲਿਸ ਕਾਰਵਾਈ ਕਰੇ। ਇਹਦੇ ਵਿੱਚ ਲਗਾਤਾਰ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ, ਲੋਕਾਂ ਨੂੰ ਮਤਲਬ ਜਾਗਰੂਕ ਵੀ ਕੀਤਾ ਜਾ ਰਿਹਾ ਹੈਗਾ ਤਾਂ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਸਕੇ। ਸਰ ਇਹ ਜਿਹੜਾ ਮਾਮਲਾ ਹੈਗਾ ਪੁਲਿਸ ਦੇ ਸਾਹਮਣੇ ਕਿਵੇਂ ਆਇਆ, ਕਿਹਨੇ ਦੱਸਿਆ ਜੀ? ਸਭ ਤੋਂ ਪਹਿਲਾਂ ਜੀ ਸੁਬਾਹ ਦੀ ਗੱਲ ਹੈਗੀ, ਤਲਵਿੰਦਰਜੀਤ ਕੌਰ ਨਾਮ ਦੀ ਇੱਕ ਲੇਡੀ ਨੇ ਗਲੀ 'ਚ ਗੁਟਕਾ ਸਾਹਿਬ ਦੇ ਅੰਗ ਪਾਏ ਸੀਗੇ, ਉਹਦੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਅਤੇ ਗੁਰਦੁਆਰੇ 'ਚੋਂ ਐਲਾਨ ਹੋਇਆ ਸੀਗਾ। ਉਦੋਂ ਪਹਿਲਾਂ ਹੀ ਸਾਡੇ ਕੋਲ ਇੱਧਰ ਆ ਗਈ ਸੀਗੀ, ਸਾਡੇ ਆਪਣੇ ਮੁਲਾਜ਼ਮਾਂ ਨੇ ਉੱਥੋਂ ਫੋਨ ਕਰਕੇ ਸਾਨੂੰ ਦੱਸਿਆ ਸੀਗਾ। ਇਮੀਡੀਏਟਲੀ ਸਾਰੇ ਪੁਲਿਸ ਦੇ ਜਿਹੜੇ ਆਲਾ ਅਫਸਰ ਉੱਥੇ ਮੌਕੇ 'ਤੇ ਪਹੁੰਚ ਗਏ ਅਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ।